ਉਰੀ ਉਹਨਾਂ ਦਾ ਜਿਹੜਾ ਹਲਕਾ ਜਿੱਥੋਂ ਚੁਣ ਕੇ ਆਏ ਬਾਅਦ ਚ ਮੁੱਖ ਮੰਤਰੀ ਬਣੇ ਪਹਿਲਾਂ ਤਾਂ ਲੋਕਾਂ ਨੇ ਉੱਥੋਂ ਵਿਧਾਇਕ ਬਣਾਇਆ ਉੱਥੇ ਹੀ ਇਕੱਠ ਰੱਖਿਆ ਹੋਇਆ ਸੀ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਗਵਾਹੀ ਚ ਕਿ ਬਾਕੀ ਸਾਰਿਆਂ ਨੂੰ ਵੀ ਸੱਦਾ ਦਿੱਤਾ ਕਿ ਆਓ ਆਪਾਂ ਭਾਨਾ ਸਿੱਧੂ ਦੀ ਰਿਹਾਈ ਕਰਾਉਣੀ ਹੈ ਹਾਲਾਂਕਿ ਤੈਨੂੰ ਨੂੰ ਵੀ ਵੱਡਾ ਪ੍ਰੋਗਰਾਮ ਦੱਸਿਆ ਹੋਇਆ ਉਹਨਾਂ ਨੇ ਕਾਲ ਦਿੱਤੀ ਹੋਈ ਹੈ ਪਰ ਜਿਹੜਾ ਇਹ ਹੋਣ ਨਹੀਂ ਦਿੱਤਾ ਗਿਆ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਵੱਖ-ਵੱਖ ਵਿਰੋਧੀ ਧਿਰਾਂ ਵੀ ਬੋਲੀਆਂ ਉਹਨਾਂ ਦੇ ਹੱਕ 'ਚ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਤਾਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੈ ਸਦੀਪ ਅਸਲ ਤੇ ਜਿਹੜਾ ਭਾਨਾ ਸਿੱਧੂ ਦੇ ਪਿੰਡ ਜਿੱਦਾਂ ਧਰਨਾ ਹੋਇਆ ਹੈ ਨਾ ਉਦੋਂ ਜਿਹੜਾ 25-30 ਹਜ਼ਾਰ ਤੋਂ ਜ਼ਿਆਦਾ ਲੋਕ ਇਕੱਠੇ ਉਦੋਂ ਨਿਕਲੀਆਂ ਸਰਕਾਰ ਦੀਆਂ ਚੀਕਾਂ ਚੀਕਾਂ ਸਰਕਾਰ ਨੂੰ ਇੰਨਾ ਜ਼ਿਆਦਾ ਅੱਜ ਤੱਕ ਸਤਾ ਰਹੀਆਂ ਨੇ ਹੁਣ ਸਵਾਲ ਹੈ ਕਿ ਜੇ ਉਹਦੇ ਪਿੰਡ ਬਰਨਾਲੇ ਦਾ ਜਿਹੜਾ ਪਿੰਡ ਕੋਟ ਦੂਣਾ ਦੇ ਵਿੱਚ 25-30 ਹਜ਼ਾਰ ਬੰਦਾ ਇਕੱਠਾ ਹੋ ਸਕਦਾ ਇਹ ਤੇ ਧੂਰੀ ਦੇ ਵਿੱਚ ਅੱਜ 5000 ਇਕੱਠਾ ਹੋ ਜਾਂਦਾ ਬੰਦਾ ਤੇ ਸਰਕਾਰ ਦੀਆਂ ਮੁਰਫ ਚੀਕਾ ਨਿਕਲ ਜਾਣੀਆਂ ਧੂਰੀ ਕੇ ਦਾ ਹਲਕਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਤੇ ਸਰਕਾਰ ਕਿਵੇਂ ਬਰਦਾਸ਼ਤ ਕਰ ਜਾਂਦੀ ਕਿ ਉਸ ਹਲਕੇ ਦੇ ਵਿੱਚ ਕੋਈ ਆ ਕੇ 5000 ਬੰਦਾ ਵੀ ਇਕੱਠਾ ਹੋ ਜੇ ਫਿਰ ਤਾਂ ਸਰਕਾਰ ਦੇ ਪੱਲੇ ਨਹੀਂ ਕੁਛ ਰਹਿੰਦਾ ਹੈਗਾ ਤੇ ਕਿਉਂ ਨਾ ਫਿਰ ਆਪਾਂ ਨਜ਼ਰਬੰਦ ਕਰਦੇ ਹੁਣ ਇਹ ਸਵਾਲ ਇਹ ਆ ਕਿ ਜੇ ਡੈਮੋਕਰੈਟਿਕ ਕਦਰਾਂ ਕੀਮਤਾਂ ਖੂ ਖਾਤੇ ਚ ਪਾ ਦੇਣੀਆਂ ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਖੋ ਲੈਣਾ ਕਿ ਉੱਥੇ ਜਿਹੜਾ ਹਲਕਾ ਵਿਧਾਨ ਸਭਾ ਹਲਕਾ ਧੂਰੀ ਹੈ ਸਰਕਾਰ ਤੋਂ ਪੁੱਛ ਕੇ ਹੀ ਕੋਈ ਜਾ ਸਕਦਾ ਹੈਗਾ ਇਹ ਤੇ ਫਿਰ ਤਾਲੇਬਾਨ ਹੋ ਗਿਆ ਤੇ ਫਿਰ ਕੱਲ ਜਿਹੜਾ ਤੁਸੀਂ ਬੀਜੇਪੀ ਦੇ ਹੈੱਡਕੁਆਰਟਰ ਦੇ ਖਿਲਾਫ ਜਾ ਕੇ ਧਰਨਾ ਦੇਣਾ ਹੈਗਾ ਵੀ ਜੋ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਇਲੈਕਸ਼ਨ ਹੋਈਆਂ ਤੇ ਫਿਰ ਦਿੱਲੀ ਸਰਕਾਰ ਤੁਹਾਨੂੰ ਬਾਰਡਰਾਂ ਤੇ ਰੋਕ ਲੇ ਉਹ ਵੀ ਤੁਹਾਨੂੰ ਰੋਕ ਕੇ ਫਿਰ ਮਤਲਬ ਜੇ ਤੁਸੀਂ ਅਜਿਹਾ ਸਿਆਸਤ ਦੇ ਵਿੱਚ ਤੱਕੇਸ਼ਾ ਹੀ ਕਰਨਾ ਚਾਹੁੰਦੇ ਹੋ ਇੱਕ ਉਹ ਤਾਲੇਬਾਨ ਵਰਗੀ ਸਥਿਤੀ ਬਣਾਉਣਾ ਚਾਹੁੰਦੇ ਤੇ ਫਿਰ ਤੇ ਕੱਲ ਅਮਿਤ ਸ਼ਾਹ ਸਾਹਿਬ ਨੂੰ ਕਹੀ ਕਹਿਣਾ ਚਾਹੀਦਾ ਕਿਉਂਕਿ ਉਹ ਦਿੱਲੀ ਉਹਨਾਂ ਦੇ ਅੰਦਰ ਗ੍ਰਹਿਮਤ ਰਲਾ ਉਹਨਾਂ ਦੇ ਅੰਦਰ ਕਾਨੂੰਨ ਵਿਵਸਥਾ ਉਹਨਾਂ ਦੇ ਅੰਦਰ ਰਵਿੰਦ ਕੇਜਰੀਵਾਲ ਨੂੰ ਉਹਨਾਂ ਦੇ ਕਰਕੇ ਹਰਸਤ ਚ ਰੱਖਣ ਮੁਖਮੰਦੀ ਭਗਵੰਤ ਮਾਨ ਦਾ ਜਹਾਜ ਇੱਥੋਂ ਨਾਲ ਚੜਨ ਦੇਣਾ ਜੇ ਇਥੋਂ ਨਹੀਂ ਚਣਗੇ ਤੇ ਚੰਡੀਗੜ੍ਹ ਤੇ ਉਹ 에어ਪੋਰਟ ਉਹਨਾਂ ਦੇ ਅੰਦਰ ਹੀ ਆ ਭਾਰਤ ਸਰਕਾਰ ਦੇ ਅੰਦਰ ਫਿਰ ਉਹ ਵੀ ਇਦਾਂ ਹੀ ਕਰਨ ਮਤਲਬ ਇਹ ਤੇ ਹੱਕ ਖੋਏ ਜਾ ਰਹੇ ਨਾ ਔਰ ਸਭ ਤੋਂ ਵੱਡਾ ਸਵਾਲ ਮੈਨੂੰ ਇਹ ਲੱਗਦਾ ਹੈ ਸਰਕਾਰ ਹਿਲ ਗਈ ਆ ਜਿਹੜੀ ਭਾਨਾ ਸਿੱਧੂ ਦੇ ਰੋਸ ਦੇ ਵਿੱਚ ਤੇ ਉਹਦੇ ਹੱਕ ਦੇ ਵਿੱਚ ਜਿਹੜੇ ਲੋਕ ਇਕੱਠੇ ਹੋਏ ਨਾ ਉਹ ਜਿਹੜਾ ਇਕੱਠ ਤੋਂ ਵੇਖ ਕੇ ਸਰਕਾਰ ਨੂੰ ਉਮੀਦ ਤਾਂ ਨਹੀਂ ਭੀ ਜੇ ਕਿਤੇ ਬਰਨਾਲੇ ਇਦਾਂ ਵੱਡਾ ਇਕੱਠ ਹੋ ਸਕਦਾ ਤੇ ਜੇ ਕਿਤੇ ਅੱਜ ਓਡਾ ਇਕੱਠ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਹੋ ਸਕਦਾ ਹੈਗਾ ਤੇ ਫਿਰ ਸਰਕਾਰ ਦੇ ਮਤਲਬ ਉਹ ਇੱਕ ਉਹ ਧੂਰੀ ਦਾ ਮਸਲਾ ਨਹੀਂ ਬਣਨਾ ਉਹ 117 ਹਲਕਿਆਂ ਦਾ ਮਸਲਾ ਬਣਨਾ ਇਸ ਕਰਕੇ ਸਰਕਾਰ ਨੇ ਅੱਜ ਕੀ ਕੀਤਾ ਹੈਗਾ ਕਿ ਜਿਹੜੇ ਉੱਤੇ ਪਹੁੰਚੇ ਹੈਗੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਗਿਆ ਭਾਜੋ ਨਹੀਂ ਤੇ ਅਰੈਸਟ ਕਰ ਲਾਂਗੇ ਹੁਣ ਐਮਪੀ ਆ ਚੁਣਿਆ ਹੋਇਆ ਐਮਪੀ ਆ ਜਿੰਨੇ ਤੁਹਾਨੂੰ ਪਹਿਲੇ 3 ਮਹੀਨਿਆਂ ਚ ਮੁਹ ਕਰਾਰੀ ਹਾਰ ਦਿਖਾ ਦਿੱਤੀ ਗਿਆ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਸੀ ਜਿਵੇਂ ਸਾਰੇ ਆਪੋਜੀਸ਼ਨ ਪਾਰਟੀਆਂ ਵੀ ਤੇ ਸਰਕਾਰ ਵੀ ਜਿਵੇਂ ਜਲੂਸ ਕੱਢ ਦਿੱਤਾ ਸਿਮਰਜੀਤ ਸਿੰਘ ਮਾਨ ਨੇ ਜਿਹੜੀ ਬਾਈ ਇਲੈਕਸ਼ਨ ਹੋਈ ਤੁਹਾਨੂੰ ਇਹ ਲੱਗਾ ਕਿ ਜੇ ਅੱਜ ਇਕੱਠੇ ਹੋ ਗਏ ਤਾਂ ਸਾਡੇ ਕੁਝ ਨਹੀਂ ਪੱਲੇ ਰਹਿਣਾ ਹੈ ਹੁਣ ਇੱਕ ਚੁਣਿਓ ਇਹ ਐਮਪੀ ਨੂੰ ਅਗਰ ਤੁਸੀਂ ਹਾਊਸ ਰੈਸਟ ਕਰ ਦਿਓ ਤੇ ਇਹ ਤਾਂ ਇੱਕ ਬਹੁਤ ਹੀ ਮਾੜੀ ਗੱਲ ਹੈ ਔਰ ਇਸ ਮਸਲੇ ਦੇ ਵਿੱਚ ਉਹ ਚਾਹੇ ਸ਼੍ਰੋਮਣੀ ਕਾਲੀ ਦਾਲੋਂ ਵਿਕਰਮ ਸਿੰਘ ਮਜੀਠੀਆ ਹੋਵੇ ਕਾਂਗਰਸ ਪਾਰਟੀ ਤੋਂ ਪ੍ਰਤਾਪ ਸਿੰਘ ਬਾਜਵਾ ਸਮੇਤ ਜਿਹੜੇ ਲੋਕਾਂ ਨੇ ਕਿਹਾ ਕਿ ਸਾਡੀ ਵਿਚਾਰਧਾਰਕ ਤੌਰ ਤੇ ਸਿਮਰਜੀਤ ਸਿੰਘ ਮਾਨ ਦੇ ਨਾਲ ਕੋਈ ਰਾਜਨੀਅਮ ਲੇਕਿਨ ਕਿ ਡੈਮੋਕਰੈਟਿਕ ਕੰਟਰੀ ਹੁੰਦਣਾ ਤਾਂ ਲੋਕਤੰਤਰ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋ ਅਗਰ ਸਰਕਾਰ ਡਿਕਟੇਟਰਸ਼ਿਪ ਕੋ ਕਰੂਗੀ ਤੇ ਉਹ ਮਨਜ਼ੂਰ ਨਹੀਂ ਆ ਜੀ ਇਸੇ ਦੇ ਨਾਲ ਆਵਾਜ਼ਾਂ ਹੋਰ ਵੀ ਉੱਠੀਆਂ ਕਿਸ ਢੰਗ ਦੇ ਨਾਲ ਤੁਸੀਂ ਅਰੈਸਟ ਕਰੀ ਜਾਓਗੇ ਤਾਂ ਕੀ ਧਰਨਿਆਂ ਵਿੱਚੋਂ ਨਿਕਲੀ ਹੋਈ ਪਾਰਟੀ ਜਿਹੜੀ ਅੱਜ ਸੱਤਾ ਵਿੱਚ ਆ ਗਈ ਉਹ ਧਰਨੇ ਖਤਮ ਕਰਨ ਦੇ ਉੱਤੇ ਤੁਲਜੂਗੀ ਕਿਉਂਕਿ ਪਹਿਲਾਂ ਜਿਹੜੇ ਅਧਿਆਪਕ ਸੀ ਕੱਚੇ ਸੀ ਜਾਂ ਪੱਕੇ ਸੀ ਉਹ ਵੀ ਐਵੇਂ ਕਹਿੰਦੇ ਰਿਹਾ ਕਿ ਮੰਤਰੀ ਸਾਨੂੰ ਇਹ ਕਹਿੰਦੇ ਆ ਕਿ ਧਰਨਾ ਲਾਓਗੇ ਤਾਂ ਮੀਟਿੰਗ ਤੱਕ ਨਹੀਂ ਕਰਨੀ ਧਰਨਿਆਂ ਤੋਂ ਬਹੁਤ ਜਿਹੜੀ ਆ ਘਬਰਾਟ ਹੋਣ ਲੱਗੀ ਕਹਿੰਦੇ ਇਹਨਾਂ ਨੂੰ ਮਤਲਬ ਉਹੀ ਨਾ ਕਿ ਜਿਹੜੀ ਪਾਰਟੀ ਧਰਨਿਆਂ ਚੋਂ ਨਿਕਲੀ ਹੋਵੇ ਉਹਨੂੰ ਅਜੇ ਧਰਨੇ ਪਸੰਦ ਨਹੀਂ ਆ ਤੁਸੀਂ ਇਹਦੇ ਚਲੋ ਪੋਲਿਟੀਸ਼ੀਅਨ ਸਿਮਰਜੀਤ ਮਾਨ ਤੁਸੀਂ ਤੇ ਟੀਚਰ ਨੂੰ ਹਾਊਸ ਅਰੈਸਟ ਕਰਨ ਲੱਗ ਪਏ ਦਾ ਮਤਲਬ ਸਰਕਾਰ ਖੋਖਲੀ ਆ ਸਰਕਾਰ ਦੀਆਂ ਜੜਾਂ ਨਹੀਂ ਹੈਗੀਆਂ ਸਰਕਾਰ ਹਿੱਲੀ ਹੋਈ ਆ ਸਰਕਾਰ ਨੂੰ ਅਜੇ ਸਮਝ ਨਹੀਂ ਆ ਸੰਕਾਰ ਨੂੰ ਹੰਕਾਰ ਆ ਗਿਆ ਹੈਗਾ ਸਿਸਟਮ ਤੇ ਕਬਜ਼ਾ ਕਰ ਲਿਆਗਾ ਜਾਂ ਪੰਜਾਬ ਦੀ ਜਨਤਾ ਨੇ ਧੋਕੇ ਨਾਲ ਕਰਵਾ ਲਿਆ ਕਿਉਂਕਿ ਉਹ ਲੋਕਾਂ ਨੂੰ ਉਹਨਾਂ ਕਾਹਲੀ ਪਸੰਦੀ ਸੀ ਨਾ ਨਾ ਕਾਂਗਰਸ ਹੁਣ ਆਪ ਤੁਸੀਂ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਸੁਆਮੀ ਵਿਵੇਕਾਨੰਦ ٹرسٹ ਨੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੂੰ ਡੇਗਣ ਵਾਸਤੇ ਇੱਕ ਛੜੰਤਰਿਕ ਸਾਜ਼ਿਸ਼ ਕਰਪਸ਼ਨ ਦੇ ਖਿਲਾਫ ਸ਼ੁਰੂ ਕੀਤਾ ਉਸ ਉਸ ਮੂਵਮੈਂਟ ਦੇ ਵਿੱਚ ਅੰਦਾਜ਼ਾ ਕਿਹੜ ਜਿਹੜੇ ਕਹਿੰਦੇ 70 ਕਰੋੜ ਰੁਪਏ ਲੱਗਾ ਸੀ ਉਸ ਮੂਵਮੈਂਟ ਦੇ ਵਿੱਚ ਜਿਹਦੇ ਪਿੱਛੇ ਬੀਜੇਪੀ ਦੱਸੀ ਜਾ ਰਹੀ ਸੀ ਕਿਉਂਕਿ ਸਵਾਮੀ ਵਿਵੇਕਾਨੰਦ ਟਰਸਟ ਦਾ ਸਿੱਧਾ ਸਬੰਧ ਆਰਐਸਐਸ ਦੇ ਨਾਲ ਤੇ ਆਰਐਸਐਸ ਦੇ ਨਾਲ ਸਿੱਧਾ ਸਬੰਧ ਹੈ ਬੀਜੇਪੀ ਨਾਲ ਉੱਥੋਂ ਅੰਨਾ ਹਜਾਰੇ ਗਾਇਬ ਹੋ ਗਿਆ ਉਹ ਡਰਦਾ ਮਹਾਰਾਜਕਲ ਬਾਪੂ ਬਾਹਰ ਨਹੀਂ ਨਿਕਲਦਾ ਹੈਗਾ ਆਪਣੇ ਆਪ ਨੂੰ ਦੂਜਾ ਗਾਂਧੀ ਕਹਿੰਦੇ ਸੀ ਤੇ ਸਰਕਾਰ ਤੋਂ ਡਰਦਾ ਹੁਣ ਬਾਪੂ ਬਾਹਰ ਨਹੀਂ ਨਿਕਲਿਆ ਹੈਗਾ ਉਹ ਨਿਕਲੀ ਸੀ ਕਿਰਨਵੇਦੀ ਉਹ ਇੱਕ ਵਾਰ ਬੀਜੇਪੀ ਸਰਕਾਰ ਨੇ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹਾਰ ਕੇ ਫਿਰ ਉਹਨੂੰ ਦਿਲ ਪੁੱਡੋ ਜੇਰੀ ਦਾ ਲੈਫਟੀਨੈਂਟ ਗਵਰਨਰ ਬਣਾ ਦਿੱਤਾ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਬਣੇ ਜਿਹੜੀ ਪਾਰਟੀ ਧਰਨਿਆਂ ਚੋਂ ਨਿਕਲੀ ਤੇ ਅੱਜ ਵੀ ਸੈਂਟਰ ਖਿਲਾਫ ਧਰਨੇ ਲਾਉਣ ਨੂੰ ਕੱਲ ਉਹਨਾਂ ਧਰਨਾ ਲਾਉਣ ਤੇ ਪੰਜਾਬ ਚੋਂ ਧਰਨੇ ਬਰਦਾਸ਼ਤ ਨਹੀਂ ਆ ਸਰਕਾਰ ਨੂੰ ਨਾ ਤੁਹਾਨੂੰ ਧਰਨੇ ਮੁਲਾਜ਼ਮ ਪਸੰਦ ਹੈ ਨਾ ਤੁਹਾਨੂੰ ਬਰੋਜਗਾਰ ਪਸੰਦ ਹੈ ਨਾ ਤੁਹਾਨੂੰ ਕਿਸਾਨ ਪਸੰਦ ਹੈ ਨਾ ਤੁਹਾਨੂੰ ਮਜ਼ਦੂਰ ਪਸੰਦ ਹੈ ਨਾ ਤੁਹਾਨੂੰ ਆਪੋਜੀਸ਼ਨ ਪਾਰਟੀਆਂ ਪਸੰਦ ਇਹ ਤੇ ਫਿਰ ਬਾਪੂ ਵਾਲਾ ਰਾਜ ਤੇ ਹੋ ਨਹੀਂ ਸਕਦਾਗਾ ਇਹ ਤੇ ਬਾਪੂ ਗਾਂਧੀ ਗਾਂਧੀ ਦਾਬ ਨਹੀਂ ਰਾਜ ਰਿਹਾ ਤੇ ਉਹਦਾ ਨਹਿਰੂ ਦਾਬ ਨਹੀਂ ਰਾਜ ਰਿਆ ਨਾ ਇੰਦਰਾ ਗਾਂਧੀ ਦਾ ਰਾਜ ਨਹੀਂ ਰਿਹਾ ਸੀ ਤੇ ਆਉਣ ਵਾਲੇ ਸਮੇਂ ਚ ਮੋਦੀ ਸਾਹਿਬ ਦਾ ਨਹੀਂ ਰਾਜ ਰਹਿਣਾ ਇਸ ਕਰਕੇ ਜਿਹੜਾ ਸਵਾਲ ਹੈ ਕਿ ਜਿਹੜੀ ਪਾਰਟੀ ਖੁਦ ਧਰਨਿਆਂ ਚੋਂ ਨਿਕਲੀ ਹੋਵੇ ਉਹਨੂੰ ਅੱਜ ਦੂਜੇ ਲੋਕ ਪਸੰਦ ਨਹੀਂ ਤੁਹਾਨੂੰ ਇਹ ਵਿਚਾਰੀ ਕੀ ਉਹ ਜਿਹੜੀ ਟੀਚਰ ਜਿਹਨੂੰ ਤੁਸੀਂ ਮੂਹ ਸਿੱਪੀ ਭੈਣ ਬਣਾਇਆ ਸੀ ਉਹ ਜਦੋਂ ਧਰਨਾ ਹੁੰਦਾ ਉਹਨੂੰ ਘਰ ਹਾਊਸ ਅਰੈਸਟ ਕਰ ਲੈਂਦੇ ਉਹ ਕੀ ਆ ਉਹ ਵਿਚਾਰੀ ਨੂੰ ਬੱਜੇੜੀ ਵਿਚਾਰੀ ਰੋਜ਼ੀ ਰੋਟੀ ਵਾਸਤੇ ਕਹਿ ਰਹੀ ਕਿ ਮੈਨੂੰ ਰੁਜ਼ਗਾਰ ਦੇ ਦੋ ਜੇ ਘੱਟੋ ਘੱਟ ਮੂੰਹ ਬੋਲੀ ਭੈਣ ਬਣਾ ਉਹ ਉਹ ਉਹਦਾ ਹੀ ਕਦਰ ਕਰ ਲੋ ਉਹਨੂੰ ਵੀ ਤਾਂ ਉਸ ਉਸ ਤੋਂ ਵੀ ਤੁਹਾਨੂੰ ਡਰ ਲੱਗਦਾ ਹੈਗਾ ਤੇ ਇਸ ਕਰਕੇ ਇਹ ਲੋਕ ਨੇ ਅੱਜ ਤੁਸੀਂ ਸਾਰਿਆਂ ਨੂੰ ਹਾਊਸਲੈਸ ਕਰ ਦੋ ਜਿੱਦਣ ਵੋਟਾਂ ਪੈਣੀਆਂ 2224 ਤੋਂ ਉਦਣ ਕੀ ਕਰੋਗੇ ਉਦਣ ਕੀ ਬਤੇ ਤੁਹਾਡੀਆਂ EVM ਮਸ਼ੀਨਾਂ ਚ ਬਟਨਾਂ ਨੇ ਤੁਹਾਡਾ ਦੱਬਿਆ ਉਥੋਂ ਕੋਈ ਦੱਬੇ ਨਾ ਬਟਨ ਤੇ ਜਦੋਂ ਤੁਹਾਡੀਆਂ ਪਤਾ ਲੱਗਿਆ 13 ਚ 0 ਆਈਆਂ ਫਿਰ ਆਇਤ ਤੋ ਵੀ ਕਹਿੰਦੇ 7 13 ਦੇ 13 ਨਹੀਂ ਆ ਮੰਨ ਠੀਕ ਹੈ ਭਵਿੱਖਬਾਣੀ ਕਰ ਦਿੱਤੀ ਹੈ ਕਿ ਸਿਆਸੀ ਸਟੇਟਮੈਂਟ ਹੋ ਸਕਦੀ ਹੈ ਸਰਕਾਰ ਦੀ ਪਰ ਸਵਾਲ ਇਹ ਹੈ ਕਿ ਲੋਕਾਂ ਨੂੰ ਨਾ ਨਾ ਲੋਕਾਂ ਦੀ ਆਵਾਜ਼ ਨਾ ਨਾ ਦੱਬੋ ਇਹ ਇੱਕ ਲੋਕਤੰਤਰ ਦਾ ਹੱਕ ਹੈ ਪੋਲੀਟੀਕਲ ਪਾਰਟੀਆਂ ਜਿਹੜੀਆਂ ਜਾਂ ਹੋਰ ਜਿਹੜੀ ਆਵਾਮ ਆ ਜੇ ਤੁਸੀਂ ਉਹਨਾਂ ਕੋਈ ਇੱਕ ਹੱਕ ਖੋਈ ਜਾਓਗੇ ਤੇ ਫਿਰ ਤੇ ਮਾੜੀ ਗੱਲ ਹੈ ਨਾ ਫਿਰ ਤੁਸੀਂ ਵੀ ਫਿਰ ਨਾ ਬੋਲੋ ਜੇ ਸੈਂਟਰ ਤੁਹਾਡੇ ਨਾਲ ਧੱਕਾ ਕਰਦਾ ਤੁਸੀਂ ਵੀ ਫਿਰ ਮੂੰਹ ਤੇ ਚੇਪੀਆਂ ਲਾਲੋ ਜੇ ਤੁਸੀਂ ਇਹ ਕਹਿੰਦੇ ਕਿ ਪੰਜਾਬ ਦੇ ਲੋਕ ਮੂੰਹ ਤੇ ਚੇਪੀਆਂ ਲਾਲ ਰਣ ਕੰਨ ਖੋਲਣ ਅੱਖਾਂ ਖੋਲ ਲੈਣ ਪਰ ਬੋਲਣ ਨਾ ਤੇ ਫਿਰ ਤੁਸੀਂ ਵੀ ਸੈਂਟਰ ਸੈਂਟਰ ਸਰਕਾਰ ਜੇ ਤੁਹਾਡੇ ਖਿਲਾਫ ਧੱਕੇ ਕਰਦੀ ਆ ਜੋ ਈਡੀ ਭੇਜ ਰਹੀ ਤੁਹਾਡੇ ਘਰ ਤੇ ਫਿਰ ਕਹਿ ਦੋ ਵੀ ਠੀਕ ਆ ਜੀ ਸਾਨੂੰ ਮਨਜ਼ੂਰ ਆ ਅਸੀਂ ਨਹੀਂ ਬੋਲਦੇ ਤੁਸੀਂ ਮੂੰਹ ਨੂੰ ਚੇਪੀਆਂ ਲਾ ਲੋ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਨਹੀਂ ਹੋਣਾ ਜਿਹਦਾ ਕਿ ਤੁਸੀਂ ਧੱਕਾ ਕਰੋ ਤੇ ਨਹੀਂ ਅਸੀਂ ਤਾਂ ਜੀ ਕਾਨੂੰਨ ਵਿਵਸਥਾ ਭਾੜ ਕਰ ਰਹੇ ਆ ਤੇ ਜੇ ਬੀਜੇਪੀ ਕਰੇ ਨਹੀਂ ਜੀ ਸਾਡੇ ਨਾਲ ਬੀਜੇਪੀ ਧੱਕਾ ਕਰੇ ਇਹ ਕਿਵੇਂ ਹੋ ਸਕਦਾ ਹੈਗਾ ਨਾ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀਆਂ ਸਟੇਟਾਂ ਉਦਾਂ ਤੁਸੀਂ ਕਹਿੰਦੇ ਸੀ ਅਸੀਂ ਮਿਨਿਸਪਲ ਕਾਰਪੋਰੇਸ਼ਨ ਦੇ ਮਸਲੇ ਦੇ ਸੁਪਰੀਮ ਕੋਰਟ ਜਾਵਾਂਗੇ ਪੰਜਾਬ ਸਰਕਾਰ ਸੁਪਰੀਮ ਕੋਰਟ ਤੇ ਜਾ ਨਹੀਂ ਸਕਦੀ ਇਸ ਮਸਲੇ ਦੇ ਵਿੱਚ ਕਿਵੇਂ ਜਾ ਸਕਦੀ ਆ ਇੱਕ ਸਟੇਟ ਦੇ ਸੀਐਮ ਦੀ ਸਟੇਟਮੈਂਟ ਕਿਵੇਂ ਹੋ ਸਕਦੀ ਹੈ ਗਿਆ ਹਾਂ ਆਮ ਆਦੀ ਪਾਰਟੀ ਜਾ ਸਕਦੀ ਹੈ ਪਰ ਇੱਕ ਸਟੇਟ ਇੱਕ ਮੁੱਖ ਮੰਤਰੀ ਨਹੀਂ ਜਾ ਸਕਦਾ ਹੈ ਜਾਣ ਚੰਡੀਗੜ੍ਹ ਦਾ ਵਿੰਗ ਜਾਵੇ ਆਮ ਆਦਮੀ ਪਾਰਟੀ ਦਾ ਮੈਨੂੰ ਲੱਗਦਾ ਹੈ ਕਿ ਅਜਿਹੇ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਆਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਨੇ ਕਿ ਸਾਡੇ ਪੰਜਾਬ ਦੇ ਜਿਹੜੇ ਪੈਸੇ ਨੇ ਉਹਦੀ ਗਲਤ ਵਰਤੋਂ ਹੋ ਰਹੀ ਆ ਉਹ ਸਹੀ ਲੱਗਦਾ ਹੁਣ ਸਵਾਲ ਹੈ ਕਿ ਕੱਲ ਤੁਸੀਂ ਬੀਜੇਪੀ ਦੇ ਖਿਲਾਫ ਧਰਨਾ ਦੇਣਾ ਜੀ ਦਿੱਲੀ ਦੇ ਵਿੱਚ ਇਕੱਠੇ ਉਹ ਤੇ ਕੇਜਰੀਵਾਲ ਸਾਹਿਬ ਨੇ ਵੀ ਜਾਣਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੀ ਜਾਣਾ ਹੈਗਾ ਤੇ ਪੰਜਾਬ ਚ ਤੁਸੀਂ ਕਹਿੰਦੇ ਸਾਡੇ ਕੋਲ ਇਕੱਠੇ ਨਾ ਧਰਨਾ ਦਿਓ ਇਹ ਨਹੀਂ ਉਸਦਾ ਇਹ ਮਿਲਦਾ ਦੇਸ਼ ਦੇ ਵਿੱਚ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਰਾਈਟ ਤੁਹਾਨੂੰ ਵੀ ਰਾਈਟ ਹੈ ਤੁਸੀਂ ਸੈਂਟਰ ਦੇ ਖਿਲਾਫ ਬੋਲੋ ਜੇ ਤੁਹਾਡੇ ਨਾਲ ਤੱਕਾ ਹੁੰਦਾ ਤੇ ਜੇ ਤੁਸੀਂ ਤੱਕਾ ਕਰ ਰਹੇ ਹੋ ਤੇ ਜੇ ਲੋਕ ਤੁਹਾਡੇ ਖਿਲਾਫ ਇਕੱਠੇ ਹੋਣਾ ਚਾਹੁੰਦੇ ਤਾਂ ਫਿਰ ਉਹਨਾਂ ਇਕੱਠੇ ਹੋਣ ਦਿਓ ਇਸ ਤਰ੍ਹਾਂ ਨਹੀਂ ਹੁਣ ਚੱਲਣਾ ਚਾਹੀਦਾ ਨਹੀਂ ਤੇ ਲੋਕ ਜੇ ਲੋਕ ਇੱਥੇ ਸ਼ੀਲਾ ਦਿਖਸ਼ਿਤ ਤਿੰਨ ਵਾਰ ਮੁੱਖ ਮੰਤਰੀ ਉਹਨੂੰ ਕੁਰਸੀ ਖੋਹ ਸਕਦੇ ਡਾਕਟਰ ਮਨਮੋਹ ਸਿੰਘ ਔਰ ਕੁਰਸੀ ਖੋਹ ਸਕਦੇ ਨੇ ਉਹ ਆਉਣ ਵਾਲੇ ਜੇ ਪੰਜਾਬ ਦੇ ਵਿੱਚ ਲੋਕਾਂ ਨੇ ਬਾਦਲਾਂ ਖੋਲੋ ਕਾਂਗਰਸੀਆਂ ਕੋਲ ਕੁਰਸੀਆਂ ਖੋਲੀਆਂ ਤੇ ਲੋਕ ਤੁਹਾਡੇ ਕੋ ਵੀ ਖੋਲਣਗੇ ਇਹ ਜਿਹੜੀ ਸਿਆਸਤ ਜਾਂ ਸੱਤਾ ਨਾ ਇਹ ਕਿਸੇ ਬਾਪੂ ਦੀ ਜ਼ਗੀਰ ਨਹੀਂ ਹੈ ਉਹ ਵੇਲੇ ਗਏ ਨੇ ਜਦੋਂ ਇਹੋ ਹੀ ਕਹਿੰਦੇ ਹੁੰਦੇ ਕਿ ਜਦੋਂ ਕੀ ਕਹਿੰਦੇ ਦਰ ਰਾਜੇ ਰਾਣੀਆਂ ਦੇ ਭੇਟਾਂ ਜੋ ਰਾਜੇ ਨਿਕਲਦੇ ਉਹ ਟਾਈਮ ਗਿਆ ਹੈਗਾ ਇਸ ਕਰਕੇ ਕਾਨੂੰਨ ਦੀ ਜਿਹੜੀ ਆ ਸੰਵਿਧਾਨ ਦੀ ਤੇ ਲੋਕਤੰਤਰ ਦੀ ਜਿਹੜੀ ਹੈ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਡੈਮੋਕਰੈਟਿਕ ਸਿਸਟਮ ਦੇ ਵਿੱਚ ਹਰ ਇੱਕ ਨੂੰ ਰਾਈਟ ਆ ਭੁੱਲਣ ਦਾ ਸ ਆਪਣੇ ਹੱਕਾਂ ਨੂੰ ਸਾਡੇ ਮੋਰਲ ਹੈ ਜਿਹੜੇ ਸਾਡੇ ਮੋਰਲ ਸ਼ੇਅਰ ਰਾਈਟ ਆ ਉਹਦੇ ਅਸੀਂ ਉਹਦੇ 'ਚ ਹਿੱਸਾ ਤੇ ਸਵਿਧਾਨ ਤੋਂ ਵੱਡੀ ਤੇ ਸਟੇਟ ਨਹੀਂ ਹੁੰਦੀ ਸਾਡੇ ਵਾਸਤੇ ਦੇਸ਼ ਦੇ ਅੰਦਰ ਸਵਿਧਾਨ ਆ ਜਿਸ ਸਵਿਧਾਨ ਦੇ ਦਾਇਰੇ ਦੇ ਵਿੱਚ ਇਹ ਸਾਰੀਆਂ ਕਦਰਾਂ ਕੀਮਤਾਂ ਦੀਆਂ ਗੱਲਾਂ ਹੁੰਦੀਆਂ ਨੇ ਜੀ